ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਪਰਮਾਤਮਾ ਸਾਡੇ ਇਸ ਇਲਾਕੇ ਦੇ ਸਾਡੇ ਇਸ ਦੇਸ਼ 'ਤੇ ਹਮੇਸ਼ਾ ਮਿਹਰ ਭਰੇ ਹੱਥ ਰੱਖੀ ਅਤੇ ਸਾਡੀ ਆਪਸੀ ਜਿਹੜੀ ਸਾਂਝ ਹੈ ਇਹਨੂੰ ਇਸੇ ਤਰ੍ਹਾਂ ਬਰਕਰਾਰ ਰੱਖੀ ਅਤੇ ਹਰ ਭੈਣ ਨੂੰ ਖੁਸ਼ੀ ਦੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।